माइंड सैट नहीं सानू समझ आता कि यार ये कित्थे जमदे ने लोग कित्थे वड्डे हुंदे ने। मैं आपदे मदर नाल हर एक गल शेयर करदा ते ओ भावें चंगी है भावें माड़ी है ते जदों मेरी माँ नाल इन्नी बॉन्डिंग होगी तो फिर मैं आ गल दस ही नहीं पाऊंगा कदी कि मैं कोई कुड़ी छेड़ के आया। असी अखी हुंदिया ये चीज़ देखी है ते असी एक आपस च गल कर रहे पता नहीं यार भी ये लोग किहड़े घरां च जमदे ने है ना कि पता नहीं शायद ये आपकी माँ नाल गल नहीं करते होने। आ यूके की कुड़ी आ उवें दा इहदी ड्रेसिंग भी उवें दी होनी चाहिए फिल्म ते कैरेक्टर दी रिक्वायरमेंट दे हिसाब नाल सारा कुछ होवे तां कुछ भी थोनू गलत नहीं लगता है ना। बट जदों मतलब कुड़ी पेंडू होवे तो इहो जी ड्रेस च नज़र आओगी तो थोनू लगेगा यार आ तां कोई तालमेल ही नहीं बह रहा। हाँ करैक्टर नाल तालमेल होवे तां मैं कॉस्ट्यूम पुक के आ मैं ਕੀ ਕਹਿਣਾ ਚਾਹੁੰਦੇ ਪਲੀਜ਼ ਆਪਣੇ ਫੈਨਸ ਜੋ ਵੀ ਦੇਖ ਰਹੇ ਨੇ ਪਲੀਜ਼ ਉਹ ਵੀਡੀਓ ਜ਼ਰੂਰ ਦੇਖਣਗੇ। ਸੱਚੇ ਪਾਤਸ਼ਾਹ ਉਹਨਾਂ ਦੇ ਸੁਪਨੇ ਪੂਰੇ ਕਰੇ ਔਰ ਉਹਨਾਂ ਨੂੰ ਤੰਦਰੁਸਤ ਰੱਖੇ ਤੰਦਰੁਸਤੀ ਨਾਲ ਉਹ ਕੰਮ ਕਰਦੇ ਰਹਿਣ ਔਰ ਪ੍ਰਮਾਤਮਾ ਮੈਨੂੰ ਇਸ ਕਾਬਲ ਬਣਾਵੇ ਕਿ ਜ਼ਿੰਦਗੀ 'ਚ ਮੈਂ ਉਹਨਾਂ ਲਈ ਕੁਛ ਕਰ ਸਕਾਂ। ਤੁਸੀਂ ਸਾਨੂੰ ਟੈਗ ਕਰਦੇ ਹੋ ਜਾਂ ਤੁਹਾਡੇ ਸਵਾਲ ਹੁੰਦੇ ਆ ਜੋ ਵੀ ਹੁੰਦਾ ਹੈ ਆਪਾਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਆ ਸਾਡਾ ਪ੍ਰੋਮਿਸ ਆ ਕਿ ਆਪਾਂ ਇੰਟਰੈਕਟ ਕਰਨ ਦੀ ਜ਼ਰੂਰ ਜ਼ਰੂਰ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਮੈਂ ਹੈਲੀਨ ਸਾਨੀ ਤੁਸੀਂ ਦੇਖ ਰਹੇ ਹੋ ਪੰਜਾਬ ਪਲੱਸ ਟੀਵੀ ਤੇ ਅੱਜ ਮੇਰੇ ਨਾਲ ਬੈਠਾ ਹੈ ਡਾਇਮੰਡ ਵਾਲਾ ਮੁੰਡਾ ਜਿਸ ਵਿੱਚ ਬਹੁਤ ਸਾਰੀ ਕੁੜੀਆਂ ਪਾਗਲ ਨੇ ਪਰ ਲੱਗਦਾ ਹੈ ਉਹਨਾਂ ਦੇ ਲੇਖਾਂ ਵਿੱਚ ਕੀ ਲਿਖਿਆ ਉਹ ਤਾਂ ਰੱਬ ਹੀ ਜਾਣਦਾ ਹੈ। ਪਰ ਨਾ ਦੇਖੋ ਇਹ ਸਾਰੀ ਉਮਰ ਇੱਕ ਚੀਜ਼ ਬੋਲਦਾ ਰਿਹਾ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਪਰ ਦੇਖੋ ਜਦੋਂ ਇੱਕ ਸਾਲ ਬਾਅਦ ਮਿਲੇ ਤਾਂ ਸਹੁਰਿਆਂ ਦੇ ਪਿੰਡ ਜਾ ਕੇ ਸਾਨੂੰ ਮਿਲਿਆ ਪਰ ਕਿਸਮਤ ਵਿੱਚ ਕਿਹੜੀ ਕੁੜੀ ਹੈ ਸਾਨੂੰ ਪਤਾ ਲੱਗ ਗਿਆ ਕਿਉਂਕਿ ਉਸ ਕੁੜੀ ਨੇ ਕਿਹਾ ਸੀ ਨਿਗਾਹ ਮਾਰਦਾ ਆਈ ਵੇ ਮੇਰਾ ਯਾਰ ਗਵਾਚਾ ਸਾਡੇ ਨਾਲ ਸਰਗੁਣ ਮਹਿਤਾ ਐਂਡ ਗੁਰਨਾਮ ਬੈਠੇ। ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ। ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਹੈ? ਬਹੁਤ ਵਧੀਆ ਤੁਸੀਂ ਬਹੁਤ ਸੋਹਣੀ ਇੰਟਰੋਡਕਸ਼ਨ ਦਿੱਤੀ ਸਾਡੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਠੀਕ ਹੋ ਤੁਸੀਂ? ਮੈਂ ਬਹੁਤ ਵਧੀਆ। ਤੁਸੀਂ ਠੀਕ ਹੋਣੇ ਚਾਹੀਦੇ ਹੋ ਕਿਉਂਕਿ ਇਦਾਂ ਦੀ ਫਿਲਮਾਂ ਜਿਹੜੀਆਂ ਆਣੀਆਂ ਬਹੁਤ ਜ਼ਰੂਰੀ ਹੈਗੀ ਹੈ। ਅੱਛਾ ਜੀ ਪਹਿਲਾਂ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਐਂਡ ਸਗੁਣ ਇੱਕ ਸਵਾਲ ਹੈ ਮੇਰੇ ਮਨ ਵਿੱਚ ਜਿੱਦਾਂ ਪੰਜਾਬੀ ਇੰਡਸਟਰੀ 'ਚ ਪਹਿਲਾਂ ਨਾ ਸੂਟ ਬਹੁਤ ਚੱਲਦੇ ਸੀਗੇ ਮੈਨੂੰ ਲੱਗਦਾ ਤੁਸੀਂ ਹੀ ਇੱਕ ਨਵਾਂ ਟ੍ਰੈਂਡ ਲੈ ਕੇ ਆਏ ਹੋ ਡਰੈਸਿਸ ਦਾ। ਹਾਊ ਯੂ ਫੀਲ ਕਿ ਜਦੋਂ ਟ੍ਰੈਂਡ ਚੇਂਜ ਹੁੰਦਾ ਐਂਡ ਤੁਹਾਨੂੰ ਨਾ ਸਾਨੂੰ ਦੇਖਿਆ ਜਾਂਦਾ ਸੀ ਸੂਟ ਪਾਇਆ ਤਾਂ ਫਿਲਮ ਦੇਖਣ ਜਾਵਾਂਗੇ ਡਰੈਸ ਪਾਈ ਤਾਂ ਨਹੀਂ ਦੇਖਣ ਜਾਵਾਂਗੇ? ਪਤਾ ਨਹੀਂ ਮੈਨੂੰ ਲੱਗਦਾ ਕਿ ਹਰ ਤਰ੍ਹਾਂ ਦੀ ਕੁੜੀ ਹੁੰਦੀ ਹੈ ਨਾ ਤੁਸੀਂ ਜਦੋਂ ਇੱਕ ਕਰੈਕਟਰ ਕਰਦੇ ਹੋ ਤੁਸੀਂ ਉਸ ਕਰੈਕਟਰ ਦੀ ਤਰ੍ਹਾਂ ਡਰੈਸ ਕਰਦੇ ਹੋ ਹੈ ਨਾ। ਕਿਸਮਤ 'ਚ ਮੈਂ ਕੁਰਤੇ ਜੀਨਸ ਅਤੇ ਬੂਟ ਪਾਏ ਸੀ ਬਿਕੋਜ਼ ਮੈਨੂੰ ਲੱਗਿਆ ਕਿ ਉਵੇਂ ਦੀ ਮਤਲਬ ਆਪਾਂ ਕਾਲਜ ਜਾਂਦੇ ਹੋ ਹਰ ਵੇਲੇ ਇੱਕੋ ਹੀ ਤਰੀਕੇ ਨਾਲ ਕੱਪੜੇ ਨਹੀਂ ਪਾਉਂਦੇ ਹੈ ਨਾ। ਆ ਯੂਕੇ ਦੀ ਕੁੜੀ ਆ ਉਵੇਂ ਦਾ ਇਹਦੀ ਡਰੈਸਿੰਗ ਵੀ ਉਵੇਂ ਦੀ ਹੋਣੀ ਚਾਹੀਦੀ ਹੈ ਫਿਲਮ ਅਤੇ ਕੈਰੈਕਟਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਰਾ ਕੁਛ ਹੋਵੇ ਤਾਂ ਕੁਛ ਵੀ ਤੁਹਾਨੂੰ ਗਲਤ ਨਹੀਂ ਲੱਗਦਾ ਹੈ ਨਾ। ਬਟ ਜਦੋਂ ਮਤਲਬ ਕੁੜੀ ਪੇਂਡੂ ਹੋਵੇ ਤਾਂ ਇਹੋ ਜਿਹੀ ਡਰੈਸ 'ਚ ਨਜ਼ਰ ਆਓਗੀ ਤਾਂ ਤੁਹਾਨੂੰ ਲੱਗੂਗਾ ਯਾਰ ਆਹ ਤਾਂ ਕੋਈ ਤਾਲਮੇਲ ਹੀ ਨਹੀਂ ਬਹਿ ਰਿਹਾ। ਹਾਂ ਕਰੈਕਟਰ ਨਾਲ ਤਾਲਮੇਲ ਹੋਵੇ ਤਾਂ ਮੈਂ ਕੋਸਟਿਊਮ ਓਕੇ ਆ ਮੇਰੇ ਲਈ। ਜੀ ਗੁਰਨਾਮ ਸਾਡੀ ਇਹ ਫਿਲਮ ਦੀ ਗੱਲਬਾਤ ਹੋ ਰਹੀ ਸੀ ਮੈਂ ਸਵਾਲ ਉਦੋਂ ਵੀ ਪੁੱਛਿਆ ਲੇਕਿਨ ਉਹ ਰਿਪੀਟ ਨਹੀਂ ਕਰੂੰਗੀ। ਉਹਨਾਂ ਇੱਕ ਸਵਾਲ ਜੋੜਨਾ ਚਾਹੁੰਦੀ ਹਾਂ ਅੱਜ ਕੱਲ੍ਹ ਕੁੜੀ ਜਦੋਂ ਕੰਮ ਕਰਨ ਨਿਕਲਦੀ ਹੈ ਨਿਗਾਹ ਬਹੁਤ ਗੰਦੀ ਹੈ ਨਿਗਾਹ ਮਾਰਦਾ ਆਈ ਵੇ ਹੈ ਨਾ ਅਤੇ ਉਹ ਨਿਗਾਹ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁੜੀ ਕਿੱਥੇ ਸੇਫ ਹੈ? ਨਹੀਂ ਦੇਖੋ ਇਹ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਅਸੀਂ ਆਪਣੇ ਅੱਖੀਂ ਕੁਛ ਦੇਖਿਆ ਮੇਰੇ ਨਾਲ ਮੇਰਾ ਦੋਸਤ ਗੁਰਪ੍ਰੀਤ ਭਰਾ ਵੀ ਹੈ ਦੋਸਤ ਵੀ ਹੈ ਅਸੀਂ ਅੱਖੀਂ ਹੁੰਦਿਆਂ ਇਹ ਚੀਜ਼ ਦੇਖੀ ਹੈ ਅਤੇ ਅਸੀਂ ਇੱਕ ਆਪਸ 'ਚ ਗੱਲ ਕਰ ਰਹੇ ਪਤਾ ਨਹੀਂ ਯਾਰ ਵੀ ਇਹ ਲੋਕ ਕਿਹੜੇ ਘਰਾਂ 'ਚ ਜੰਮਦੇ ਨੇ ਹੈ ਨਾ ਕਿ ਪਤਾ ਨਹੀਂ ਸ਼ਾਇਦ ਇਹ ਆਪਦੀ ਮਾਂ ਨਾਲ ਗੱਲ ਨਹੀਂ ਕਰਦੇ ਹੋਣੇ ਜਾਂ ਮੈਨੂੰ ਇਹ ਲੱਗਦਾ ਕਿ ਪੇਰੈਂਟਸ ਨੂੰ ਵੀ ਚਾਹੀਦਾ ਵੀ ਯਾਰ ਆਪਦੇ ਬੱਚਿਆਂ ਨਾਲ ਗੱਲ ਕਰੋ ਹੈ ਨਾ ਉਹਨਾਂ ਨੂੰ ਇੰਨਾ ਕੁ ਦੱਸੋ ਕਿ ਮਤਲਬ ਬੜੀਆਂ ਉਹ ਮਾਈਂਡ ਸੈੱਟ ਨਹੀਂ ਸਾਨੂੰ ਸਮਝ ਆਉਂਦਾ ਕਿ ਯਾਰ ਇਹ ਕਿੱਥੇ ਜੰਮਦੇ ਨੇ ਲੋਕ ਕਿੱਥੇ ਵੱਡੇ ਹੁੰਦੇ ਨੇ। ਅਸੀਂ ਮੈਂ ਆਪਦੇ ਮਦਰ ਨਾਲ ਹਰ ਇੱਕ ਗੱਲ ਸ਼ੇਅਰ ਕਰਦਾ ਅਤੇ ਉਹ ਭਾਵੇਂ ਚੰਗੀ ਹੈ ਭਾਵੇਂ ਮਾੜੀ ਆ ਅਤੇ ਜਦੋਂ ਮੇਰੀ ਮਾਂ ਨਾਲ ਇੰਨੀ ਬੌਂਡਿੰਗ ਹੋਊਗੀ ਤਾਂ ਫਿਰ ਮੈਂ ਆਹ ਗੱਲ ਦੱਸ ਹੀ ਨਹੀਂ ਪਾਊਂਗਾ ਕਦੀ ਕਿ ਮੈਂ ਕੋਈ ਕੁੜੀ ਛੇੜ ਕੇ ਆਇਆ ਹੈ ਨਾ। ਸੋ ਮੈਨੂੰ ਲੱਗਦਾ ਕਿ ਬੱਚਿਆਂ ਦਾ ਆਪਦੇ ਪੇਰੈਂਟਸ ਨਾਲ ਕਲੋਜ਼ ਹੋਣਾ ਬਹੁਤ ਜ਼ਰੂਰੀ ਹੈ ਔਰ ਮਾਵਾਂ ਨੂੰ ਚਾਹੀਦਾ ਕਿ ਆਪਣੇ ਜਵਾਕਾਂ ਨਾਲ ਉਹ ਗੱਲ ਕਰਨ ਕਿ ਇੱਕ ਕੁੜੀ ਨੂੰ ਜਦੋਂ ਤੁਸੀਂ ਇਹੋ ਜਿਹੇ ਸ਼ਬਦ ਵਰਤਦੇ ਆ ਵੀ ਹਾਂ ਪੁਰਜਾ ਕਿੱਥੇ ਚੱਲਿਆ ਕਿ ਇਹ ਪੇਨ ਕੀ ਹੈ। ਹਾਂ ਮੈਨੂੰ ਯਾਦ ਆ ਗਿਆ ਸਾਡਾ ਮਤਲਬ ਸਾਡਾ ਕੋਈ ਆਪਣਾ ਫੈਮਿਲੀ ਪਰਸਨ ਬਾਹਰੋਂ ਆਇਆ ਇੰਡੀਆ ਅਤੇ ਅਸੀਂ ਉਹਨੂੰ ਪਿੱਕ ਕਰਨ ਗਏ ਅਤੇ ਉਹਨੇ ਕਿਹਾ ਵੀ ਮੈਨੂੰ ਮੁੰਡਿਆਂ ਨੇ ਐਂ ਬੋਲਿਆ। ਜਦੋਂ ਆਪਣੇ ਆਪਦੇ ਆਪ ਨਾਲ ਇਹ ਚੀਜ਼ਾਂ ਹੁੰਦੀਆਂ ਤੁਹਾਨੂੰ ਫੀਲ ਹੁੰਦਾ ਅਤੇ ਸੁਧਰ ਜਾਓ ਯਾਰ ਪਲੀਜ਼। ਰਾਈਟ ਤੁਸੀਂ ਬੋਂਬੇ ਰਹਿੰਦੇ ਹੋ ਹੈ ਨਾ ਤੁਸੀਂ ਇੱਥੇ ਜਦੋਂ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਰਾਈਟ ਲੇਕਿਨ ਰਵੀ ਸਰ ਨਾਲ ਤੁਹਾਡੀ ਬਹੁਤ ਬੋਂਡਿੰਗ ਹੈਗੀ ਹੈ ਲੇਕਿਨ ਕਦੀ ਇੱਦਾਂ ਹੁੰਦਾ ਸਗੋਂ ਬਹੁਤ ਸਾਰੇ ਤੁਸੀਂ ਇੱਦਾਂ ਦੀ ਚੀਜ਼ਾਂ ਵੀ ਦੇਖੀਆਂ ਹੋਣ ਐਕਸਪੀਰੀਅੰਸ ਜਦੋਂ ਮੇਲ ਈਗੋ ਆ ਜਾਂਦੀ ਹੈ ਕੁੜੀ ਉੱਪਰ ਹੋ ਜਾਂਦੀ ਹੈ ਜਦੋਂ ਰਿਸ਼ਤੇ ਦੇ ਵਿੱਚ ਅਤੇ ਮੇਲ ਈਗੋ ਆਉਣੀ ਆ ਜਾਂਦੀ ਹੈ ਤੁਹਾਨੂੰ ਲੱਗਦਾ ਇਸ ਵਕਤ?
ਮੈਨੂੰ ਨਹੀਂ ਪਤਾ ਹੋਊਗਾ ਜੀ, ਕਿਉਂਕਿ ਸਾਡੇ ਰਿਸ਼ਤੇ 'ਚ ਆਈ ਥਿੰਕ ਈਗੋ ਹੈਗੀ ਨਹੀਂ, ਅਤੇ ਆਈ ਥਿੰਕ ਪਿਆਰ ਅਤੇ ਰਿਸ਼ਤਿਆਂ 'ਚ ਈਗੋ ਹੋਣੀ ਵੀ ਨਹੀਂ ਚਾਹੀਦੀ। ਜਿਸ ਪਿਆਰ ਜਾਂ ਰਿਸ਼ਤੇ 'ਚ ਈਗੋ ਹੈਗੀ ਆ ਉਹ ਰਿਸ਼ਤਾ ਹੈ ਹੀ ਨਹੀਂ, ਤਾਂ ਫਿਰ ਕੋਈ ਮਤਲਬ ਨਹੀਂ। ਉੱਤੇ ਥੱਲੇ ਨਾਲ ਆਪਾਂ ਨਾਲ ਤੁਰਦੇ ਹਾਂ, ਵੀ ਹੈਵ ਟੂ ਗਰੋ ਟੁਗੈਦਰ ਐਂਡ ਇਟ ਇਜ਼ ਨੋਟ ਅਬਾਊਟ ਈਗੋ। ਓਕੇ, ਤੁਹਾਡੇ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਦੋਨਾਂ ਤੋਂ ਫੈਨ ਪੇਜਿਸ ਨੂੰ ਲੈ ਕੇ, ਕਿਉਂਕਿ ਜਦੋਂ ਵੀ ਮੈਂ ਆਸਕ ਮੇ ਕੁਐਸਚਨ ਇੰਸਟਾਗ੍ਰਾਮ 'ਤੇ ਪਾਉਂਦੀ ਹਾਂ ਉਹ 'ਤੇ ਆ ਹੀ ਜਾਂਦਾ ਹੈ ਕਿ ਪਲੀਜ਼ ਦੋਨਾਂ ਨੂੰ ਇੱਕ ਇੱਕ ਸਵਾਲ ਪੁੱਛਿਆ ਜਾਵੇ। ਕੀ ਕਹਿਣਾ ਚਾਹੁੰਦੇ ਹੋ ਪਲੀਜ਼ ਆਪਣੇ ਫੈਨਸ ਜੋ ਵੀ ਦੇਖ ਰਹੇ ਨੇ, ਪਲੀਜ਼ ਉਹ ਵੀਡੀਓ ਜ਼ਰੂਰ ਦੇਖਣਗੇ। ਮੈਂ ਅੱਗੇ ਹੁਣੇ ਕਹਿ ਕੇ ਹਟਿਆ ਵੀ ਪਰਮਾਤਮਾ ਨੇ ਕੁਛ ਰਿਸ਼ਤੇ ਐਸੇ ਤੁਹਾਡੇ ਲਈ ਬਣਾ ਕੇ ਭੇਜੇ ਧਰਤੀ 'ਤੇ ਜਿਹੜੇ ਤੁਹਾਡੇ ਲਈ ਸੁੱਖਾ ਸੁੱਖਦੇ ਆ, ਹੈ ਨਾ, ਦੁਆਵਾਂ ਕਰਦੇ ਆ, ਕੰਮ ਕਰਦੇ ਆ, ਔਰ ਉਹਨਾਂ ਦੀ ਆਪਦਾ ਕੋਈ ਇੰਟਰਸਟ ਨਹੀਂ। ਅਤੇ ਜਿਵੇਂ ਮਾਵਾਂ ਨੇ ਅਤੇ ਇਹ ਇੰਸਟਾਗ੍ਰਾਮ ਪੇਜਿਸ ਦੇ ਸਾਰੇ ਬਹੁਤ ਮਿਹਨਤ ਕਰਦੇ ਆ, ਸ਼ਾਇਦ ਅਸੀਂ ਉਹਨਾਂ ਲਈ ਉਹਨਾਂ ਨਹੀਂ ਕਰ ਪਾਉਂਦੇ। ਅਸੀਂ ਬੜੇ ਮਸ਼ਰੂਫ ਰਹਿੰਦੇ ਹਾਂ ਆਪਦੇ ਕੰਮ 'ਚ, ਆਪਦੇ ਫਿਲਮਾਂ 'ਚ, ਗਾਣਿਆਂ 'ਚ, ਕਿ ਅਸੀਂ ਉਹਨਾਂ ਨੂੰ ਕਈ ਵਾਰੀ ਦੇਖ ਵੀ ਨਹੀਂ ਪਾਉਂਦੇ, ਪਰ ਉਹ ਫਿਰ ਵੀ ਲੱਗੇ ਰਹਿੰਦੇ ਆ। ਅਤੇ ਮੈਂ ਤਾਂ ਇਹ ਚਾਹੁੰਦਾ, ਦੁਆਵਾਂ ਮੈਂ ਵੀ ਪਰਮਾਤਮਾ ਅੱਗੇ ਮੰਗਦਾ ਕਿ ਉਹਨਾਂ ਦੇ ਆਪਣੇ ਵੀ ਕੋਈ ਸੁਪਨੇ ਹੋਣਗੇ, ਸੱਚੇ ਪਾਤਸ਼ਾਹ ਉਹਨਾਂ ਦੇ ਸੁਪਨੇ ਪੂਰੇ ਕਰੇ ਔਰ ਉਹਨਾਂ ਨੂੰ ਤੰਦਰੁਸਤ ਰੱਖੇ, ਤੰਦਰੁਸਤੀ ਨਾਲ ਉਹ ਕੰਮ ਕਰਦੇ ਰਹਿਣ, ਔਰ ਪਰਮਾਤਮਾ ਮੈਨੂੰ ਇਸ ਕਾਬਲ ਬਣਾਵੇ ਕਿ ਜ਼ਿੰਦਗੀ 'ਚ ਮੈਂ ਉਹਨਾਂ ਲਈ ਕੁਛ ਕਰ ਸਕਾਂ। ਕਹਿਣਾ ਚਾਹੁੰਦਾ ਸੇਮ ਟੂ ਸੇਮ ਜੀ, ਅਤੇ ਆਪਾਂ ਫੁੱਲੀ ਟਰਾਈ ਕਰਾਂਗੇ ਕਿ ਤੁਹਾਡੇ ਜਿੰਨੇ ਵੀ ਤੁਸੀਂ ਸਾਨੂੰ ਟੈਗ ਕਰਦੇ ਹੋ ਜਾਂ ਤੁਹਾਡੇ ਸਵਾਲ ਹੁੰਦੇ ਆ ਜੋ ਵੀ ਹੁੰਦਾ ਹੈ, ਆਪਾਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਆ ਸਾਡਾ ਪ੍ਰੋਮਿਸ ਆ ਕਿ ਆਪਾਂ ਇੰਟਰੈਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਰਾਈਟ, ਬਿਲਕੁਲ ਜੀ, ਥੈਂਕ ਯੂ ਸੋ ਮਚ। ਥੈਂਕ ਯੂ, ਸਮੇਂ ਦੀ ਘਾਟ ਹੈ ਬਟ ਆਪਾਂ ਬਹੁਤ ਸਾਰੀ ਗੱਲਾਂ ਕਰ ਲਈਆਂ। ਐਂਡ ਯੇ 17 ਮਾਰਚ ਫਿਕਸ ਦਾ ਡੇਟ, ਨਿਗਾਹ ਮਾਰਦਾ ਆਈ ਹੋਏ ਸਿਰਫ ਸਿਨੇਮਾ ਘਰਾਂ ਦੇ ਵਿੱਚ ਜੀ, ਸਿਰਫ ਥੋੜ੍ਹਾ ਸਟ੍ਰੈਸ ਇਸ ਕਰਕੇ ਆ ਕਿ ਆ OTT 'ਤੇ ਨਹੀਂ ਆਉਣ ਵਾਲੀ, ਤਾਂ ਤੁਸੀਂ ਆ ਨਹੀਂ ਕਹਿ ਸਕਦੇ ਕਿ ਆਪਾਂ ਮਹੀਨੇ ਬਾਅਦ OTT 'ਤੇ ਦੇਖ ਲਾਂਗੇ, 2 ਮਹੀਨੇ ਬਾਅਦ OTT, 6 ਮਹੀਨੇ ਬਾਅਦ, 9 ਮਹੀਨੇ ਆਉਣੀ ਨਹੀਂ ਜੀ, ਓਨਲੀ ਇਨ ਥੀਏਟਰਸ। ਰਾਈਟ, ਬਿਲਕੁਲ। ਐਂਡ ਵੈਸੇ ਵੀ 3 ਮਹੀਨੇ ਲਈ ਸਿਨੇਮਾ 'ਚ ਲੱਗੀ ਰਹਿਣੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਨਿਗਾਹ ਮਾਰਦਾ ਆਈ ਹੋਏ 17 ਮਾਰਚ ਫਿਕਸ ਦਾ ਡੇਟ, ਟਿਲ ਦੇਖਦੇ ਰਹੋ ਪੰਜਾਬ ਪਲੱਸ TV। ਮੈਨੂੰ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ।